ਕੋਈ ਨਹੀਂ, ਹੁਣ ਹੋ ਜੂਗਾ ਸਾਰਾ ਕੁਛ, ਸਭ ਅਲੱਗ ਹੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰੋ, ਮੈਂ ਤੁਹਾਨੂੰ ਹੱਥ ਬੰਨ ਕੇ, ਤੁਹਾਡੇ ਪੈਰੀਂ ਹੱਥ ਲਾ ਕੇ ਤੁਹਾਨੂੰ ਬੇਨਤੀ ਕਰਦਾ ਵੀ ਆਹ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ। ਜੇ ਆਹ ਵੀਡੀਓ ਨਾ ਸ਼ੇਅਰ ਕੀਤੀ ਤਾਂ ਨੈੱਟ ਚਲਾਉਣਾ ਬੰਦ ਕਰ ਦਿਓ, ਕੋਈ ਫਾਇਦਾ ਨਹੀਂ। ਆਹ ਬਜ਼ੁਰਗ ਮਾਤਾ ਜਿਹੜੀ ਤੁਸੀਂ ਦੇਖ ਸਕਦੇ ਹੋ, ਪਿੰਡ ਕਾਲਿਆਂ ਵਾਲੀ, ਜ਼ਿਲ੍ਹਾ ਸਰਸਾ, ਹਰਿਆਣੇ ਦੇ ਵਿੱਚੋਂ ਸਾਨੂੰ ਫੋਨ ਆਇਆ ਸੀ। ਇਹ ਬਜ਼ੁਰਗ ਮਾਤਾ ਦੀ ਇੱਧਰ ਲਿਆ ਕਹਿੰਦਾ, ਇੱਥੋਂ ਲੈ ਕੇ ਪੈਰ ਆ ਜਿਹੜਾ ਉਹ ਸਾਰਾ ਗਲ ਚੁੱਕਿਆ, ਪੈਰ ਦੇ ਵਿੱਚ ਐਡੇ ਐਡੇ ਕੀੜੇ ਪੈ ਚੁੱਕੇ ਨੇ। ਇਹ ਧੰਨਵਾਦ ਪਿੰਡ ਵਾਲੇ ਵੀਰਾਂ ਦਾ, ਇਹਨਾਂ ਨੇ ਫੋਨ ਕੀਤਾ, ਵੀਰੋ ਇੰਨੇ ਕੀੜੇ ਕੱਢੇ ਨੇ ਅਤੇ ਹਾਲੇ ਵੀ ਕੀੜੇ ਕੁਛ ਵਿੱਚ ਨੇ। ਸੋ ਤਾਂ ਤੁਹਾਨੂੰ ਕਹਿੰਦੇ ਹਾਂ ਵੀ ਵੀਡੀਓ ਸ਼ੇਅਰ ਕਰਿਆ ਕਰੋ। ਇਹਨਾਂ ਨੇ ਵੀ ਸਾਡੀ ਵੀਡੀਓ ਦੇਖ ਕੇ ਹੀ ਸਾਨੂੰ ਫੋਨ ਕੀਤਾ ਸੀ। ਪੇਜਾਂ ਵਾਲੇ ਵੀਰਾਂ ਨੂੰ ਬੇਨਤੀ ਹੈ, ਦੋ ਤਿੰਨ ਕੁ ਪੇਜਾਂ ਵਾਲੇ ਵੀਰ ਮੈਂ ਦੇਖੇ ਨੇ ਜਿਹੜੇ ਸਾਡੀ ਵੀਡੀਓ ਪਾ ਦਿੰਦੇ ਨੇ। ਊਟ ਪਟਾਂਗ ਪਾਉਣ ਦਾ ਕੋਈ ਫਾਇਦਾ ਨਹੀਂ। ਰੱਬ ਵਰਗੀ ਮਾਤਾ, ਨਰਕ ਭਰੀ ਜ਼ਿੰਦਗੀ ਹੈ। ਹੁਣ ਜੇ ਤੁਸੀਂ ਚਾਹੁੰਦੇ ਹੋ ਵੀ ਬਜ਼ੁਰਗ ਨੂੰ ਇੱਕ ਸੁੱਖ ਦਾ ਸਾਹ ਮਿਲੇ, ਇੱਕ ਤਾਂ ਵਿਚਾਰੀ ਊਂ ਬਜ਼ੁਰਗ ਹੈ, ਇੱਕ ਜ਼ਖਮ ਇੰਨਾ ਡੂੰਘਾ ਹੈ ਵੀ ਹੱਡੀ ਤੱਕ ਸਾਰਾ ਮਾਸ ਆ ਜਿਹੜਾ ਉਹ ਗਲ ਚੁੱਕਿਆ, ਐਡੇ ਐਡੇ ਕੀੜੇ ਪੈ ਚੁੱਕੇ ਨੇ। ਵੀਰੋ, ਹੱਥ ਬੰਨ ਕੇ ਬੇਨਤੀ ਹੈ, ਮੈਂ ਇਕੱਲਾ ਕੁਛ ਨਹੀਂ ਕਰ ਸਕਦਾ। ਜੇ ਤੁਸੀਂ ਸਾਡਾ ਸਾਥ ਦਿਓਗੇ ਤਾਂ ਹੀ ਅਸੀਂ ਇੱਦਾਂ ਦੇ ਬਜ਼ੁਰਗਾਂ ਦੀ ਸੇਵਾ ਕਰ ਸਕਦੇ ਹਾਂ। ਇਹ ਵੀਡੀਓ ਨੂੰ ਦੁਨੀਆ ਦੇ ਕੋਨੇ ਕੋਨੇ ਦੇ ਵਿੱਚ ਪਹੁੰਚਾ ਦਿਓ। ਸਾਡਾ ਜਿਹੜਾ ਫੋਨ ਨੰਬਰ ਆ 99 140 74 377, 99 145 85 681, ਇਹ ਜਿਹੜਾ ਆਸ਼ਰਮ ਅਸੀਂ ਚਲਾ ਰਹੇ ਹਾਂ, ਇਹ ਪਿੰਡ ਖੇੜੀ ਜੱਟਾਂ, ਜ਼ਿਲ੍ਹਾ ਸੰਗਰੂਰ, ਤਹਿਸੀਲ ਧੂਰੀ, ਡਾਕਖਾਨਾ ਅਮਰਗੜ੍ਹ, ਪੰਜਾਬ ਦੇ ਵਿੱਚ ਇਹਨੂੰ ਚਲਾ ਰਹੇ ਹਾਂ। ਮੇਰੇ ਵੀਰੋ 5-7 ਕੁ ਬੰਦੇ ਨੇ NRI ਜਿਨ੍ਹਾਂ ਨੇ ਸਾਡੀ ਬਾਂਹ ਫੜੀ ਆ, ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ। ਪਤਾ ਨਹੀਂ ਤਾਂ ਹੋਰ ਤੱਕ ਸਾਡੀ ਵੀਡੀਓ ਨਹੀਂ ਪਹੁੰਚੀਆਂ, ਪਤਾ ਨਹੀਂ ਤਾਂ ਕੀ ਗੱਲ ਹੈ। ਵੀਰੋ, ਹੱਥ ਬੰਨ ਕੇ ਬੇਨਤੀ ਹੈ ਵੀ ਜੇ ਤੁਸੀਂ ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ, ਜੇ ਤੁਸੀਂ ਆਰਥਿਕ ਤੰਗੀ ਕਰਕੇ ਜਿਹੜੇ ਵੀਰ ਨੈੱਟ ਚਲਾਉਂਦੇ ਨੇ ਆਪ ਸਹਿਯੋਗ ਨਹੀਂ ਦੇ ਸਕਦੇ, ਤਾਂ ਮੋਬਾਈਲ ਤਾਂ ਸਾਰੇ ਚਲਾਉਂਦੇ ਨੇ। ਸਾਡੇ ਕੋਲ ਇੰਨਾ ਟਾਈਮ ਨਹੀਂ ਵੀ ਅਸੀਂ 20 ਦਿਨ ਹੋ ਗਏ ਸਾਨੂੰ ਪੇਜ ਬਣਾਉਂਦਿਆਂ ਨੂੰ, ਸਾਨੂੰ ਪੇਜ ਬਣਾਉਣ ਦਾ ਟਾਈਮ ਨਹੀਂ, ਨਾ ਸਾਨੂੰ ਆਉਂਦਾ ਬਣਾਉਣਾ। ਅਸੀਂ ਦੋ ਸਕੇ ਭਾਈ ਹਾਂ, ਹੋਰ ਕੋਈ ਬੰਦਾ ਅਸੀਂ ਤਨਖਾਹ 'ਤੇ ਨਹੀਂ ਰੱਖਿਆ, ਕਿਉਂਕਿ ਪੈਸੇ ਦੀ ਪਹਿਲਾਂ ਹੀ ਤੰਗੀ ਰਹਿੰਦੀ ਆ। ਅਸੀਂ ਆਪਦੇ ਹੱਥੀਂ ਨਿਭਾਉਣੇ ਨੇ, ਆਪਣੇ ਹੱਥੀਂ ਸੇਵਾ ਕਰਨੀ, ਆਪਦੇ ਹੱਥੀਂ ਕਰਦੇ ਹਾਂ ਸਾਰਾ ਕੁਛ। ਸਾਡਾ ਪਰਿਵਾਰ, ਮਾਤਾ ਮੇਰੀ ਕਰਦਾ ਤਾਂ ਗੁਰੂ ਨਾਨਕ ਪਾਤਸ਼ਾਹ ਪਰਮਾਤਮਾ, ਪਰ ਜਣੀ ਦੀ ਜਿਹੜੀ ਡਿਊਟੀ ਆ ਉਹ ਇੱਕ ਪਰਿਵਾਰ ਦੀ ਮਹਾਰਾਜ ਨੇ ਹਜੇ ਸੇਵਾ 'ਤੇ ਲਾਈ ਹੋਈ ਆ। ਇਸ ਕਰਕੇ ਵੀਰੋ ਸਾਨੂੰ ਵੀ ਹੌਂਸਲਾ ਮਿਲੇ, ਅਸੀਂ ਇਹਨਾਂ ਬਜ਼ੁਰਗਾਂ ਵਾਸਤੇ ਇੱਕ ਹੋਰ ਕਮਰੇ ਤਿਆਰ ਕਰ ਰਹੇ ਹਾਂ, ਸ਼ੈੱਡ ਬਣਾ ਰਹੇ ਹਾਂ, ਉਹਨਾਂ ਦਾ ਵੀ ਕੰਮ ਸ਼ੁਰੂ ਕਰ ਦਿੱਤਾ। ਸੋ ਇਹਦਾ ਹੁਣ ਇਲਾਜ ਕਰਾਉਣਾ ਸੀ ਕੱਲ੍ਹ ਨੂੰ। ਇਹ ਨਾ ਹੋਵੇ ਵੀ ਕੱਲ੍ਹ ਤੱਕ ਇਹ ਵੀਡੀਓ ਦੁਨੀਆ ਦੇ ਵਿੱਚ ਨਾ ਜਾਏ, ਇਹਨੂੰ ਸਾਰੇ ਕਿਤੇ ਪਹੁੰਚਾਓ। ਅਤੇ ਇੰਨਾ ਜ਼ਿਆਦਾ ਜ਼ਖਮ 'ਚੋਂ ਸਮੈਲ ਮਾਰ ਰਹੀ ਹੈ ਵੀ ਤੁਸੀਂ ਇਹ ਸਮਝ ਲਓ ਵੀ ਜ਼ਖਮ ਜਿਹੜਾ ਕੀੜਿਆਂ ਨੇ ਪੂਰਾ ਖਾ ਲਿਆ ਪੈਰ। ਅਤੇ ਇਹਨੂੰ ਅਸੀਂ ਹੁਣ ਕੁਛ ਪੱਟੀ ਵੀਰਾਂ ਨੇ ਸਾਡੇ ਨੇ ਕਰਾ ਲਈ ਸੀ, ਇਹਨੂੰ ਪ੍ਰੋਪਰ ਇਹਦਾ ਇਲਾਜ ਕਰਾਵਾਂਗੇ। ਤੁਸੀਂ ਇੱਕ ਵਾਰੀ ਮਾਤਾ ਜੀ ਤੁਸੀਂ ਵੀ ਕਰ ਦਿਓ ਬੇਨਤੀ, ਤੁਹਾਡੀ ਵੀਡੀਓ ਦਾਨੀ ਸੱਜਣਾ ਤੱਕ ਜਾਊਗੀ। ਕਹਿ ਦਿਓ ਕੁਛ, ਕਿੰਨੇ ਕੁ ਔਖੇ ਹੋ ਤੁਸੀਂ? ਮੇਰਾ ਇਲਾਜ ਕਰ ਦੇ। ਦੁੱਖ ਕਿੰਨਾ ਕੁ ਦਰਦ ਬੇਬੇ, ਕਿੰਨਾ ਕੁ ਦਰਦ ਹੁੰਦਾ? ਦਰਦ ਤਾਂ ਬਾਹਲਾ ਹੁੰਦਾ। ਬਾਹਲਾ ਕੋਈ ਗੱਲ ਨਹੀਂ, ਹੁਣ ਤੇਰਾ ਇਲਾਜ ਕਰ ਦਾਂਗੇ ਬੇਬੇ, ਕੋਈ ਗੱਲ ਨਹੀਂ। ਸਾਰਾ ਰੋਟੀ ਪਾਣੀ ਨਵਾ ਤਵਾ ਕੇ ਵੀਰੇ, ਯਾਰ ਹੱਥ ਬੰਨ ਕੇ ਬੇਨਤੀ ਆ ਵੀ ਇੰਨੀ ਕੁ ਬੇਨਤੀ ਵੀ ਸ਼ੇਅਰ ਕਰ ਦਿਓ ਵੀਡੀਓ। ਬਾਕੀ ਨੰਬਰ ਸਾਡਾ ਲਿਖਿਆ ਹੋਊਗਾ, ਅਤੇ ਸਾਡੇ ਵੀਰਾ ਜਿਹੜੇ ਕਾਲਿਆਂ ਵਾਲੀ ਤੋਂ ਸਪੈਸ਼ਲ ਚੱਲ ਕੇ ਆਏ ਨੇ, ਕਿਉਂਕਿ ਵੀਰ ਪਹਿਲਾਂ ਤਾਂ ਦੇਖੋ ਵੀ ਮੇਰੇ ਕੋਲ ਛੋਟੀ ਗੱਡੀ ਸੀ, ਸਰਸੇ ਮੈਂ ਹੀਲਾ ਕਰ ਰਿਹਾ, ਔਖਾ ਸਕਾਲਾ ਕੁਛ ਮੈਂ ਕਰਿਆ ਇੰਤਜ਼ਾਮ ਵੀ ਇੱਦਾਂ ਬਜ਼ੁਰਗਾਂ ਨੂੰ ਲਿਆਉਣ ਵਾਸਤੇ ਮੈਂ ਕੋਈ ਗੱਡੀ ਦਾ ਹੀਲਾ ਕਰ ਰਿਹਾ। ਪਰ ਧੰਨਵਾਦ ਕਰਦੇ ਹਾਂ ਨਾ ਵੀਰਾਂ ਦਾ ਜਿਹੜੇ ਖੁਦ ਆਪਣੀ ਗੱਡੀ ਲਿਜਾ ਕੇ ਕਿਰਾਏ 'ਤੇ ਲਿਆਏ ਨੇ ਵਿਚਾਰੇ, ਉਰੇ ਇਹਨੂੰ ਬਜ਼ੁਰਗ ਮਾਤਾ ਨੂੰ ਸਾਡੇ ਕੋਲ ਪਹੁੰਚਾਇਆ। ਹੁਣ ਅਸੀਂ ਇਹ ਬਜ਼ੁਰਗ ਦਾ ਕੱਲ੍ਹ ਨੂੰ ਇਲਾਜ ਕਰਾਉਣਾ, ਹੁਣ ਤਾਂ ਰਾਤ ਹੋ ਗਈ ਹੈ, ਸਵੇਰ ਤੋਂ ਅਸੀਂ ਬਜ਼ੁਰਗ ਨੂੰ ਲੈ ਕੇ ਇਹਦਾ ਪ੍ਰੋਪਰ ਇਲਾਜ ਕਰਾਵਾਂਗੇ ਸਾਰਾ। ਤੁਸੀਂ ਅਰਦਾਸ ਕਰੋ ਪਰਮਾਤਮਾ ਅੱਗੇ ਕਿ ਮਾਤਾ ਜੀ ਠੀਕ ਹੋ ਜਾਣ। ਦੇਖੋ ਕਰਨਾ ਤਾਂ ਉਹਨੇ, ਅਸੀਂ ਤਾਂ ਇੱਕ ਡਿਊਟੀ ਨਿਭਾਉਣੀ ਆ, ਤੁਹਾਡੀ ਡਿਊਟੀ ਵੀਡੀਓ ਸ਼ੇਅਰ ਕਰਨ ਦੀ ਅਤੇ ਸਹਿਯੋਗ ਕਰਨ ਦੀ। ਅਸੀਂ ਤਾਂ ਇੱਕ ਚੌਂਕੀਦਾਰ ਹਾਂ, ਸਾਡਾ ਕੰਮ ਹੈ ਸੇਵਾ ਕਰਨ ਦਾ। ਬਹੁਤ ਬਹੁਤ ਧੰਨਵਾਦ ਵੀਰ ਜੀ, ਭੁੱਲ ਚੁੱਕ ਮਾਫੀ। ਵੀਡੀਓ ਸ਼ੇਅਰ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।